ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕਮ ਮੀਕਾ ਦੀ ਮੇਰੇ ਭੈਣ ਭਾਈ ਠੀਕ ਹੋਣਗੇ। ਅਸੀਂ ਦੁਆ ਨਾਲ ਸ਼ੁਰੂ ਕਰਦੇ, ਸ਼ੁਰੂ ਕਰਨ ਸੇ ਪਹਿਲੇ ਛੋਟੀ ਸੀ ਅਰਜਾ, ਜਿਸ ਤਰ੍ਹਾਂ ਭੈਣ ਨੇ ਮਹਾ ਵਿਲੇਜ ਬਲੌਗ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ, ਬੈਲ ਦਾ ਬਟਨ ਲਾਜ਼ਮੀ ਪ੍ਰੈਸ ਕਰਨ ਕੇ ਆਉਣ ਵਾਲੀ ਹਰ ਵੀਡੀਓ ਭੈਣਾਂ ਭਾਈਆਂ ਤੱਕ ਬਰ ਵਕਤ ਪਹੁੰਚਦੀ ਰਹੇ। ਜੀ ਮੇਰੀ ਤਰਫੋਂ ਵੀ ਅਸਲਾਮ ਅਲੈਕਮ ਰਹਿਮਤੁਲਲਾਹ ਵਬਰਕਾਤਹੁ। ਅੱਛਾ ਜੀ, ਵੀਡੀਓ ਸਾਡੀ ਇਸ ਤਰ੍ਹਾਂ ਦੀ ਆ ਕਿ ਅੱਜ ਜੈਸਾ ਕਿ ਮਹਾਮੌਰ ਬੇਗਮ ਤਿਆਰ ਹੋ ਕੇ ਖੜੀਆਂ ਨੇ, ਖੜੀਆਂ ਕੀ ਹੈ ਜੀ, ਇੱਕ ਤਾਂ ਇਸ ਪਿੰਡ ਦੇ ਵਿੱਚ ਆਈਆਂ ਹੋਈਆਂ ਵਾ, ਆਹ ਪਿੰਡ ਦੇਖ ਸਕਦੇ ਹਾਂ, ਇੱਥੇ ਅਸੀਂ ਇੱਕ ਹੁੰਦੇ, ਇੱਥੇ ਪਿੰਡ ਸਾਡੇ ਅਜ਼ੀਜ਼ ਰਿਸ਼ਤੇਦਾਰ ਰਹਿੰਦੇ ਨੇ ਅਤੇ ਉਹਨਾਂ ਕੋਲ ਆਈਆਂ ਵਾਂ, ਅਤੇ ਅਸੀਂ ਵੀ ਫੇਰੀ ਲਾ ਕੇ ਇਸੇ ਜਗ੍ਹਾ 'ਤੇ ਆ ਗਏ ਸੀ, ਆਹ ਦੇਖ ਸਕਦੇ ਮੇਰੇ ਮੋਟਰਸਾਈਕਲ, ਅਤੇ ਦੋ ਤਿੰਨ ਦਿਨ ਚਾਰ ਦਿਨ ਜਿਹੜਾ ਮੈਂ ਨਹੀਂ ਬਣਾ ਸਕਿਆ, ਸਾਡਾ ਮੋਬਾਈਲ ਜਿਹੜਾ ਬਹੁਤ ਪੁਰਾਣਾ ਵਾ ਅਤੇ ਇੱਕ ਦੋ ਵੀਡੀਓ ਵਿੱਚ, ਹਾਂਜੀ ਵਿੱਚ ਵੀਡੀਓ ਇੱਕ ਦੋ ਬਣਾਈਆਂ ਸੀ, ਉਹ ਵੀ ਨਿਆਣਿਆਂ ਕੋਲੋਂ ਡਿਲੀਟ ਹੋ ਗਈਆਂ, ਅਤੇ ਫਿਰ ਹੋਰ ਬਣ ਨਹੀਂ ਸਕੀ ਅਤੇ ਮੋਬਾਈਲ ਦੇ ਆਰੇ ਲੱਗ ਰਿਹਾ, ਦੋ ਤਿੰਨ ਦਿਨ ਮੋਬਾਈਲ ਨਹੀਂ ਠੀਕ ਸੀ ਜਿਹਦੀ ਵਜ੍ਹਾ ਫਿਰ ਮੈਂ ਨਹੀਂ ਪਾ ਸਕਿਆ, ਅਤੇ ਇੱਥੇ ਆਏ ਸੀ ਜੀ ਮਹਿਮਾਨਾਂ ਕੋਲ, ਅਤੇ ਇਹ ਸਾਡੀ ਜੀ ਅੱਜ ਦੀ ਰੋਟੀਆਂ ਦੇ ਟੁਕੜੇ ਦੇ ਵਿੱਚ ਹੋ ਕੇ ਲਲੋਨ ਦੀ ਚੱਪਲ, ਹਾਂਜੀ ਟੁੱਟੀ ਭੱਜੀ ਸੀ ਜੀ, ਬਾਕੀ ਜੀ ਹਰਾ ਦੁੱਧ ਦੇਖ ਸਕਦੇ ਹਾਂ, ਇਹ ਤੀਲੇ ਜਿਹੜੇ ਦੋ ਵਿੱਚ ਨਜ਼ਰ ਆਉਂਦੇ ਇਹ ਆ ਅਤੇ ਅਸੀਂ ਇੱਥੋਂ ਤੋਂ ਕੁਲਫੀ ਕੱਢ ਕੇ ਤਾਜ਼ੀ ਬਣੀ ਹੋਈ, ਠੀਕ ਹੈ ਜੀ, ਅਤੇ ਇਹਦੇ ਵਿੱਚ ਸਿੱਟ ਦਿੰਦੇ ਹਾਂ ਕਿ ਦੁੱਧ ਖਰਾਬ ਨਾ ਹੋਵੇ, ਗਰਮ ਨਾ ਹੋ ਜਾਵੇ, ਫਿਰ ਠੰਡਕ ਰਹਿੰਦੀ ਹੈ, ਜੇ ਬਰਫ਼ ਪਾਉਂਦੇ ਹਾਂ ਤਾਂ ਪਤਲਾ ਹੋ ਜਾਂਦਾ, ਪਤਲਾ ਪਾ ਕੇ ਦੋ ਨੰਬਰੀ ਹੋ ਜਾਂਦੀ, ਅਤੇ ਦੋ ਨੰਬਰੀ ਅਸੀਂ ਕਰਨੀ ਨਹੀਂ, ਜਿਹੜੀ ਮਾਲ ਬਣਾਉਣਾ ਵਾ ਸਹੀ ਬਣਾਉਣਾ ਵਾ, ਸਾਫ਼ ਸੁਥਰਾ ਬਣਾਉਣਾ, ਕਿਉਂ ਜੀ, ਹਾਂਜੀ ਸਾਫ਼ ਸੁਥਰਾ ਮਾਸ਼ਾਅੱਲਾ ਬਹੁਤ ਪਿਆਰੀ, ਅਤੇ ਮਾਸ਼ਾਅੱਲਾ ਜਿਹੜਾ ਵੀ ਕੁਲਫੀ ਖਾਂਦਾ ਵਾ ਦੁਬਾਰਾ ਵਾਜ਼ਾ ਮਾਰ ਕੇ ਕੁਲਫੀ ਲੈਂਦਾ, ਅਤੇ ਇਹ ਆ ਕਿ ਥੋੜ੍ਹਾ ਬਣਾ ਲਈਦਾ ਅਤੇ ਸਾਫ਼ ਸੁਥਰਾ ਬਣਾਈਦਾ ਵਾ, ਅਤੇ ਕੁਲਫੀ ਇਨਸ਼ਾਅੱਲਾ ਆਪਣੀ ਬਿਹਤਰੀਨ, ਬਾਕੀ ਸਟੋਰ ਜਿਹੜਾ ਵਾ ਉਹ ਦਸ ਵਾਲੀ ਵਿੱਚ ਅਤੇ ਇਹ ਕਵੀ ਵਾਲੀ, ਬਾਕੀ ਇਹ ਲੱਗਾ ਅਤੇ ਦੁੱਧ ਵੀ ਜਿਹੜਾ ਸਾਡੇ ਕੋਲ ਥੋੜ੍ਹਾ ਜਿਹਾ ਪਿਆ, ਅਤੇ ਚਲੋ ਤੁਸੀਂ ਫਿਰ ਇੱਥੇ ਮਹਿਮਾਨ ਨਵਾਜ਼ ਜੀ ਆਏ, ਯਾਨੀ ਕਿ ਆਪਣੇ ਇਹ ਚਾਚੂ ਕੋਲ ਆਇਆ ਜੀ ਇੱਥੇ, ਯਾਨੀ ਕਿ ਇਹਨਾਂ ਦੇ ਅੱਬੂ ਦੇ ਤਾਏ ਦੇ ਬੇਟਾ ਜਿਹੜਾ ਉਹਨਾਂ ਕੋਲ, ਸਾਡੇ ਮਾਮੂ ਵੀ ਆ ਚਾਚੂ, ਉਹਨਾਂ ਕੋਲ ਆ ਜੇ, ਬੜੀ ਦੇਰ ਸੀ ਕਦੇ ਗਿਆ ਆਏ ਕੋਈ ਨਹੀਂ ਸੀ, ਮੈਂ ਚਲੋ ਤੁਸੀਂ ਇੱਥੇ ਅੱਜ ਆਇਆ ਜੇ, ਰਕਸ਼ੇ 'ਤੇ ਆਏ ਸਵੇਰੇ, ਹਾਂ ਚਲੋ ਜੀ, ਮੈਂ ਤਾਂ ਕੱਲ੍ਹ ਘਰੋਂ ਆ ਗਿਆ, ਜੈਸੇ ਕਿ ਭੈਣ ਭਾਈ ਨੂੰ ਪਤਾ ਨਾ ਕਿ ਮੈਂ ਤਾਂ ਸੁਬਹਾ ਨਿਕਲਦਾ ਤਾਂ ਸ਼ਾਮੀ ਵਾਪਸੀ ਜਾਂਦਾ ਅਤੇ ਸ਼ਾਮ ਨੂੰ ਫਿਰ ਵਾਪਸੀ ਮੁੜ ਜਾਂਦਾ, ਕਿਉਂਕਿ ਜਿਹੜੀ ਸ਼ਾਇਦ ਸਾਡੇ ਕੋਲ ਨਹੀਂ ਹੋ ਸੀ ਅੱਗੇ ਵਾਜ਼ਿਆ ਕੀਤਾ, ਕਿਉਂਕਿ ਸਾਡੇ ਕੋਲ ਕੜਾਹੀ ਭੱਠੀ ਖੁਰਪਾ ਵਗੈਰਾ ਇਹ ਨਹੀਂ ਚੀਜ਼ ਹੈਗੀ, ਕੁਛ ਬਾਲਣ ਜਿਹੜੀ ਉਹਦੀ ਕਮੀ ਸੀ, ਨਹੀਂ ਤਾਂ ਮੈਂ ਜਿਵੇਂ ਇੱਥੋਂ ਬਣਾ ਕੇ ਤਾਂ ਸ਼ਾਮ ਹੀ ਘਰ ਹੀ ਰਿਹਾ ਕਰਾਂ, ਸਵੇਰੇ ਉੱਠ ਕੇ ਤਾਂ ਘਰੋਂ ਹੀ ਬਣਾਵਾਂ ਅਤੇ ਘਰੋਂ ਹੀ ਜਾਵਾਂ, ਅਤੇ ਰੋਜ਼ੀ ਕਮਾਣੀ ਜਿਹੜੀ ਦਰਬਦਰ ਔਖਾ ਕੰਮ ਆ, ਹਾਂਜੀ ਹੁਣ ਟਾਈਮ ਜਿਹੜਾ ਤਕਰੀਬਨ ਇੰਨੀ ਗਰਮੀ ਆ ਜੀ, ਬਹੁਤ ਜ਼ਿਆਦਾ ਦੇਖ ਸਕਦੇ ਮੇਰੇ ਭੈਣ ਭਾਈ, ਤਕਰੀਬਨ ਡੇਢ ਦਾ ਟਾਈਮ ਹੋ ਚੁੱਕਿਆ ਜੀ, ਠੀਕ ਆ ਜੀ, ਅਤੇ ਅਸੀਂ ਹੁਣ ਨਿਕਲਦੇ ਹਾਂ, ਅੱਧਾ ਪੌਣਾ ਘੰਟਾ ਇੱਥੇ ਰੈਸਟ ਕੀਤੀ ਹੈ, ਦਿਮਾਗ ਸਿਰ ਨੂੰ ਗਰਮੀ ਇੰਨੀ ਹੋਈ ਖੜੀ ਸੀ ਨਾ ਬਹੁਤ ਜ਼ਿਆਦਾ ਜੀ, ਠੀਕ ਆ ਵੀ ਤੁਸੀਂ ਨਾ ਇੱਥੇ ਮਿਲ ਮਿਲਾ ਕੇ ਅਤੇ ਰਕਸ਼ੇ 'ਤੇ ਫਿਰ ਚ ਆ ਜਾਣਾ, ਹੈ ਹਾਂ, ਬਾਕੀ ਮੇਰੇ ਭੈਣ ਭਾਈ ਆ ਨਾ, ਅੱਲਾ ਪਾਕ ਸਿਹਤ ਔਰ ਤੰਦਰੁਸਤੀ ਦੇ, ਕਿਉਂ ਮਾਂ ਮੇਰੀ ਜ਼ਿਆਦਾ ਤੋਂ ਜ਼ਿਆਦਾ ਦੁਆ ਕਰ ਰਿਹਾ ਕਰੋ, ਹਮੇਸ਼ਾ ਦੀ ਦੁਆ ਪੜ੍ਹ ਕੇ, ਜਿਸ ਟਾਈਮ ਤੁਸੀਂ ਪੜ੍ਹਦੇ ਕੁਰਾਨ ਪਾਕ ਮਦਰਸੇ 'ਚ ਆਉਣੇ, ਮਾਂ ਮਾਂ ਬੇਟੀ ਤਾਂ ਮਾਸ਼ਾਅੱਲਾ ਤਿੰਨ ਚਾਰ ਦਫ਼ਾ ਪੜ੍ਹ ਰਹੀ ਹੈ, ਤੁਹਾਨੂੰ ਘਰ ਹੀ ਪੜ੍ਹਦੀ ਆ, ਫਿਰ ਬੇਟੀ ਜਾਂਦੀ ਆ, ਅਤੇ ਦੁਆ ਕਰੀ ਦੀ ਆਹ ਵੀ ਕਰਦੇ ਹਾਂ ਤੁਰਦੇ ਫਿਰਦੇ, ਜਿਹੜਾ ਕੰਮ ਚਲਵਾ ਕੇ ਦਿੱਤਾ ਵਾ, ਕਹਿ ਤਾਂ ਦਿੰਦੇ ਆ ਜੀ ਇਹ ਵੀ, ਇੱਕ ਤੋਂ ਮੈਂ ਟੈਕਸ ਹੋਣ ਲੱਗਾ, ਸਾਡਾ ਨਾਂ ਨਹੀਂ ਆਉਂਦਾ, ਲੇਕਿਨ ਅਸੀਂ ਅੱਗੇ ਵਾਅਦਾ ਕੀਤਾ ਕਿ ਰਜ਼ੀਆ ਰਫੀਕ ਵੈਲਫੇਅਰ ਫੋਡੇਸ਼ਨ ਵਾਲਿਆਂ ਦੀ ਤਰਫੋਂ ਜੀ ਕੰਮ, ਅਤੇ ਫੋਡੇਸ਼ਨ ਦੀ ਤਰਫੋਂ ਚਲਾਇਆ ਸੀ, ਅਤੇ 199 ਬਾਜੀ ਦਾਨਿਸ਼ ਉਹਨਾਂ ਨੇ ਜਿਹਨੀ ਕਿ ਫਾਊਂਡੇਸ਼ਨ ਨੂੰ ਦਿੱਤੇ ਬਾਜੀ ਫਰਹਾਨਾ ਨੂੰ ਪੈਸੇ ਦਿੱਤੇ, ਲੇਕਿਨ ਇੱਕ ਚੀਜ਼ ਦੀ ਬਹੁਤ ਮੈਨੂੰ ਤਕਲੀਫ ਹੋਈ ਔਰ ਦਿਲੀ ਤਕਲੀਫ ਹੋਈ ਆ ਜੀ, ਇਸ ਫਾਊਂਡੇਸ਼ਨ ਦੇ ਵਿੱਚ ਆਣ ਕੇ ਜਦੋਂ ਅਸੀਂ ਚੱਲਦੇ ਸੀ ਇਕੱਠੇ ਸੀਗੇ, ਹਾਂਜੀ ਠੀਕ ਹੈ ਨਾ ਜੀ, ਅਤੇ ਉਸ ਦੇ ਵਿੱਚ ਇੱਕ ਗਲਤੀ ਦੇ ਨਾਲ
ਮੈਂ ਅੱਜ ਉਸ ਚੀਜ਼ ਨੂੰ ਪਛਤਾਉਂਦਾ ਕਿ ਮੈਂ ਗਲਤੀ ਨਾਲ ਆਪਣਾ ਨਾਂ ਕਿਉਂ ਲਿਖਾ ਬੈਠਾ। ਉਹ ਮੈਂ ਕੱਲ੍ਹ ਵੇਖਿਆ ਮੂਨ ਇਲੈਕਟ੍ਰੀਸ਼ਨ ਬਿਜਲੀ ਵਾਲਾ, ਉਹਦੇ ਨਾਂ ਮੇਰਾ ਲਿਖਿਆ ਸੀ ਅਕਬਰ ਥੱਲੇ ਨਾ, ਅਕਬਰ, ਅਤੇ ਉਹ ਇਹਨਾਂ ਨੇ ਉੱਤੇ ਨਾ ਰੰਗ ਮਾਰ ਦਿੱਤਾ। ਦੱਸੋ ਵੀ ਰੰਗ ਮਾਰ ਕੇ ਨਾਂ ਮਿਟਾ ਦਿੱਤਾ ਵਾ, ਮੈਂ ਨਾਂ ਤਾਂ ਮੇਰਾ ਨਾਂ ਉੱਥੋਂ ਤਾਂ ਮਿਟ ਗਿਆ, ਉੱਦਾਂ ਮੇਰਾ ਨਾਂ ਤਾਂ ਨਹੀਂ ਮਿਟਿਆ ਹਾਲੇ ਜਦ ਤੱਕ ਮੈਂ ਜ਼ਿੰਦਾ ਵਾਂ ਦੁਨੀਆ 'ਤੇ। ਲੇਕਿਨ ਲੇਕਿਨ ਮਿਟਾਉਣ ਵਾਲਿਆਂ ਨੂੰ ਕੀ ਲੱਭਿਆ? ਠੀਕ ਹੈ ਨਾ, ਅਤੇ ਨਾ ਕੁਛ ਲੱਭਣਾ, ਇਹ ਹੁੰਦੀ ਆ ਘਟੀਆ ਸੋਚ, ਘਟੀਆ ਪੰਨ, ਧਮਾਕੋਂ ਹਲਕਾ, ਇਹ ਸੋਚ ਹੁੰਦੀ ਆ। ਲੇਕਿਨ ਇੱਕ ਵਾਰੀ ਛੱਡ ਕੇ 101 ਵਾਰੀ ਨਾਂ ਮੇਰਾ ਮਿਟਾ ਦੇਣ ਅਤੇ ਮੈਨੂੰ ਕੋਈ ਇਸ ਚਾਹ ਨਹੀਂ, ਕਿਉਂਕਿ ਮੇਰਾ ਨਾਂ ਕਰਦੇ ਉਸ ਨਾਂ ਦਾ ਹੀ ਕਰ ਲੈਂਦੇ ਕੋਈ ਨਾਂ ਕੀ ਸੀਗਾ। ਠੀਕ ਹੈ ਨਾ, ਕੋਈ ਨਾਂ ਲਿਖੇ ਦੇ ਨਾਲ ਜਾਂ ਕਿ ਮੈਂ ਮੈਨੂੰ ਕੋਈ ਮਸਲਾ ਬਣ ਜਾਣਾ ਸੀ, ਇੰਨਾ ਵੀ ਨਹੀਂ ਖਿਆਲ ਕੀਤਾ ਕਿ ਅਸੀਂ ਨਾਂ ਜਿਹੜਾ ਲਿਖਿਆ ਹੋਇਆ ਵੀ ਉਹ ਰਹਿਣ ਦੇਈਏ। ਦੱਸੋ ਜੀ, ਉਹ ਨਾਂ ਲਿਖਿਆ ਸੀ ਇੱਕ ਆਮ ਜਿਹੜੀ ਦੁਕਾਨ ਹੁੰਦੀ ਬੋਰਡ 'ਤੇ, ਜਾਣੀ ਕਿ ਬਾਹਰ ਇੱਕ ਸਾਈਡ 'ਤੇ ਨਾਂ ਲਿਖਿਆ ਗਿਆ ਸੀ, ਯਾਨੀ ਕਿ ਜੈਸਾ ਕਿ ਅਸੀਂ ਦਿਖਾਉਂਦੇ ਤੁਹਾਨੂੰ ਇਹ ਕੁਲਫੀ। ਠੀਕ ਹੈ ਜੀ, ਇਹ ਸ਼ਾਹੀ ਕੁਲਫੀ ਮਿਟਾ ਦਿਆਂਗਾ। ਕੀ ਆ ਸ਼ਾਹੀ ਕੁਲਫੀ ਮੁੜ ਕੇ ਮੇਰੀ ਕੁਲਫੀ ਨਹੀਂ ਵਿਕਣੀ? ਵਿਕੇਗੀ ਕਟਵਾਇਆ ਗਿਆ ਵਾ, ਲੇਕਿਨ ਉਸ ਨਾਂ ਕੱਟਣ ਦੇ ਨਾਲ ਕੋਈ ਹਰਜ ਨਹੀਂ ਹੈਗਾ। ਤੇ 10 ਵਾਰੀ ਲਿਖ ਲੈਣ, 20 ਵਾਰੀ ਕੱਟ ਦੇਣ, ਕੋਈ ਨਹੀਂ ਉਸ ਚੀਜ਼ ਦਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਤੇ ਮੈਂ ਇਸ ਚੀਜ਼ ਇਹੀ ਸੋਚਿਆ ਕਿ ਬਸ ਆਪਣੀ ਸੋਚ ਜਿੰਨੀ ਸੋਚ ਉਨੀ ਵਰਤਦੇ ਨੇ ਲੋਕ। ਠੀਕ ਹੈ ਨਾ ਜੀ, ਅਤੇ ਬਾਕੀ ਅਲਹਮਦੁਲਿਲਾ ਜੀ ਕੰਮ ਜਾਰੀ ਆ, ਸਟਾਰਟ ਆ। ਅਤੇ ਠੀਕ ਆ ਜੀ, ਤੁਸੀਂ ਫਿਰ ਇੱਥੇ ਰਹੋ ਅਤੇ ਭਲਾ ਹੋਵੇ, ਜਾਂ ਕਟਵਾਇਆ ਕਿਸੇ ਨੇ ਜਾਂ ਖੁਦ ਕੱਟਿਆ। ਠੀਕ ਹੈ ਨਾ, ਬਾਕੀ ਹੋਰ ਬੜੀਆਂ ਬੜੇ ਪਾਪੜ ਵੇਲੇ ਜਾ ਰਹੇ ਨੇ, ਘਰਾਂ ਦੇ ਘਰ ਬਰਬਾਦ ਕਰਨ ਦੀ ਕੋਸ਼ਿਸ਼ ਹੁੰਦੀ ਜਾ ਰਹੀ ਆ। ਘਰ ਦੇ ਵਿੱਚ ਕਿਵੇਂ ਵੜਨਾ, ਅਤੇ ਘਰ 'ਚ ਵੜ ਕੇ ਇੱਕ ਪੂਰੀ ਫੈਮਿਲੀ 'ਚ ਇੱਕ ਬੰਦੇ ਨੂੰ ਕਿਵੇਂ ਨਾਲ ਲੈਣਾ, ਅਤੇ ਆਸਤੀਨ ਦੇ ਸੱਪ ਬਣ ਕੇ ਕਿਵੇਂ ਡੰਗਣਾ, ਇਹ ਸਾਰਾ ਕੁਛ ਅੱਗੇ ਆਉਂਦਾ ਜਾ ਰਿਹਾ, ਸਾਹਮਣੇ ਆਉਂਦਾ ਜਾ ਰਿਹਾ। ਅਤੇ ਲੇਕਿਨ ਸਾਡੇ ਦੇਖਣ ਵਾਲੇ ਭੈਣ ਭਾਈ ਉਹਨਾਂ ਸੱਪਾਂ ਤੋਂ ਬਚਣ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ। ਜਿਹੜੇ ਸੱਪ ਹੈਗੇ ਉਹ ਮੇਰੇ ਭੈਣ ਭਾਈ ਜਾਣਦੇ ਨੇ ਵੀ ਕਿਹੜੇ ਸੱਪ ਆ, ਉਹ ਕਿੱਥੇ ਰਹਿੰਦੇ ਆ। ਠੀਕ ਹੈ ਨਾ ਜੀ, ਹਾਂਜੀ। ਅਤੇ ਬਾਕੀ ਅੱਜ ਜੇ ਕਿਸੇ ਦੇ ਘਰ ਦੇ ਵਿੱਚ ਇੱਕ ਬੱਚੇ ਨੂੰ ਕਿਸੇ ਪਾਸੇ ਲਾ ਕੇ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ, ਫੋਨ ਕਰਕੇ, ਰਿਕਾਰਡਿੰਗਾਂ ਕਰਕੇ ਰੱਖਣੀਆਂ, ਅਤੇ ਕੱਲ੍ਹ ਨੂੰ ਉਹ ਰਿਕਾਰਡਿੰਗਾਂ ਚੁੱਕ ਕੇ ਉਹ ਅੱਗੇ ਭੈਣ ਭਾਈਆਂ ਦੀ ਕਰਦੇ ਆ ਬੱਚੇ? ਹਾਂਜੀ, ਭੈਣ ਭਾਈ ਭੈਣ ਭਾਈਆਂ ਨੇ ਜਿਹੜੀਆਂ ਰਿਕਾਰਡਿੰਗਾਂ ਗੱਲਾਂ ਕੀਤੀਆਂ ਹੁੰਦੀਆਂ ਵਾ ਉਹ ਵੀ ਰਿਕਾਰਡਿੰਗਾਂ ਕਰਕੇ ਰੱਖ ਲੈਂਦੇ, ਜਦੋਂ ਕੋਈ ਭੈਣ ਭਾਈ ਕਹਿੰਦੇ ਅੱਜ ਦੇ ਅਸੀਂ ਉਹ ਵੀਡੀਓ ਚਾੜ ਦਿੰਦੇ ਆ। ਅਤੇ ਮੈਂ ਇਹੋ ਜਿਹੇ ਕੰਮ ਕਰਨ ਵਾਲਿਆਂ ਦੇ ਲਾਹਨਤ 1000 ਵਾਰੀ ਭੇਜਦਾ ਵਾਂ ਕਿ ਜੇ ਕੋਈ ਭੈਣ ਭਾਈ ਤੁਹਾਡੇ ਨਾਲ ਮਿਲਦਾ, ਕੋਈ ਗੱਲ ਕਰਦਾ, ਅਤੇ ਇਹ ਕੰਮ ਨਹੀਂ, ਕੋਈ ਰਿਕਾਰਡਿੰਗਾਂ ਕਰ ਲਓ, ਕੋਈ ਕੱਲ੍ਹ ਨੂੰ ਗੱਲ ਹੋਵੇ ਤਾਂ ਉਹਨੇ ਰਿਕਾਰਡਿੰਗਾਂ ਕਰਾ ਦਿਓ। ਉਹ ਅੱਲਾਹ ਤਾਲਾ ਉਹਨਾਂ ਨੂੰ ਸੇਧ ਦੇਵੇ, ਦੇਸਾਂ ਪ੍ਰਦੇਸਾਂ 'ਚ ਬੈਠੇ ਨੇ, ਉਹਨਾਂ ਵਾਸਤੇ ਹਰ ਵਕਤ ਦੁਆ ਕੋ ਰਹਿਣਾ ਚਾਹੀਦਾ। ਹਾਂਜੀ, ਅਤੇ ਸਾਡੇ ਇੱਥੇ ਰਿਕਾਰਡਿੰਗਾਂ ਪਿੱਛੇ ਕਰ ਲਈਆਂ, ਰੱਖ ਲਈਆਂ, ਸੇਫ ਕਰ ਲਈਆਂ, ਇਹ ਚੀਜ਼ਾਂ ਚੱਲਣ ਦੀਆਂ। ਠੀਕ ਹੈ ਨਾ, ਅਤੇ ਸਾਡਾ ਵੀ ਕਾਫੀ ਇਸ ਚੀਜ਼ ਦੇ ਵਿੱਚ ਅੱਗੇ ਨਹੀਂ ਸੀ, ਹੁਣ ਤਜਰਬਾ ਹੁੰਦਾ ਜਾ ਰਿਹਾ ਵਾ, ਦੇਖਦੇ ਜੇ ਪਏ ਹਾਂ ਕੀ ਹੋ ਰਿਹਾ, ਕਿਵੇਂ ਵਿੱਚ ਵੜਨਾ, ਕਿਵੇਂ ਅਗਲੇ ਨੂੰ ਬਲੈਕਮੇਲ ਕਰਨਾ ਚੀਜ਼ ਕਿਸੇ ਦੀ। ਆਹ ਹੁਣ ਕੰਮ ਕਹਿੰਦਾ ਵਾ ਇਹ ਜੰਗਲਾ ਰਜ਼ੀਆ ਰਫੀਕ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ, ਅੱਲਾ ਦੀ ਤਰਫੋਂ ਆਇਆ, ਅੱਲਾ ਦੀ ਤਰਫੋਂ ਆਇਆ। ਅਤੇ ਇਹਨੂੰ ਹੁਣ ਮੈਂ ਕੀ ਕਹਿਣਾ ਵਾ, ਇਹ ਮੇਰੀ ਮੇਰੀ ਮੈਂ ਕਿਉਂ ਕਹਾਂ, ਇਹ ਮੈਂ ਕਿਉਂ ਕਹਾਂ? ਇਹ ਕਹਿੰਦਾ ਵਾ ਇਹ ਬਾਜੀ ਫਰਹਾਨਾ ਸ਼ੇਖ ਰਜ਼ੀਆ ਰਫੀਕ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ ਆ ਜੀ, ਅਤੇ ਮੈਂ ਇਹ ਉਹਨਾਂ ਦਾ ਨਾਂ ਜ਼ਿਕਰ ਕਰ ਸਕਦਾ ਜਾਂ ਇਹ ਸੋਹਣੇ ਉੱਤੇ ਪਰਵਰਦਿਗਾਰ ਦਾ ਕਰ ਸਕਦਾ। ਠੀਕ ਆ ਜੀ,
ਕਿ ਉਹਦਾ ਹੀ ਮਾਲ ਆ, ਉਹਨੇ ਹੀ ਬਣਾ ਕੇ ਦਿੱਤਾ। ਇਹ ਨਹੀਂ ਮੈਂ ਕਹਾਂਗਾ ਇਹ ਮੇਰੀ ਚੀਜ਼ ਆ, ਮੈਂ ਕਰ ਦਿੱਤੀ ਆ, ਮੈਂ ਕਰ ਦਿੱਤੀ ਆ ਇਹਦਾ। ਮੈਂ ਇੱਕ ਦਿਨ ਅੱਗੇ ਵੀ ਅੱਲਾ ਦੀ ਵਾਰ ਗਾ ਕੇ ਹੱਥ ਚੁੱਕ ਕੇ ਔਰ ਆਪਣੀ ਝੋਲੀ ਚੁੱਕ ਕੇ ਦੁਆ ਕੀਤੀ ਸੀ, ਮਾਲਕਾ ਅਕਲ ਦੇ ਦੇ, ਸ਼ੌਰ ਦੇ ਦੇ ਇਸ ਕੰਮਾਂ ਤੋਂ ਜਿਹੜੇ ਕਰ ਰਹੇ ਉਹਨਾਂ ਨੂੰ ਹਦਾਇਤ ਦੇ ਦੇ। ਅਤੇ ਅੱਜ ਹੀ ਮੇਰੀ ਕੈਮਰਾ ਬੈਕ ਨਹੀਂ ਹੈਗਾ, ਫਰੰਟ ਹੈਗਾ, ਅਤੇ ਮੇਰੀ ਝੋਲੀ ਚੁੱਕ ਕੇ ਦਵਾ ਵਾ ਇਕੱਲਾ ਸੁਣਿਆ, ਜਿਹੜੀਆਂ ਹੋ ਰਹੀਆਂ ਉਹਨਾਂ ਨੂੰ ਹਦਾਇਤ ਦੇ ਦੇ। ਹੋਰ ਤਾਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ, ਬਾਕੀ ਅੱਜ ਕਿਸੇ ਨੂੰ ਕਿਸੇ ਦੀਆਂ ਗੱਲਾਂ ਕਰਕੇ ਲੁਕਾਉਣੀਆਂ, ਰਿਕਾਰਡਿੰਗਾਂ ਕਰਕੇ ਉਹਨਾਂ ਨੂੰ ਕਰਨਾ, ਕਿਸੇ ਦੇ ਬੱਚਿਆਂ ਦੀ ਰੋਜ਼ੀ ਦਾ ਮੁਸਤਕਬਿਲ ਜਿਹੜਾ ਅੱਲਾ ਦੀ ਜ਼ਾਤ ਆ ਅਤੇ ਖੁਦ ਨਹੀਂ ਬਣ ਜਾਈਦਾ ਹੁੰਦਾ, ਉਹ ਅੱਲਾ ਜਾ ਮੈਂ ਆਪਣੇ ਦੇ ਕਰਦਾ, ਮੇਰੇ ਬੱਚਿਆਂ ਦਾ ਮੁਸਤਕਬਿਲ ਮੇਰੇ ਅੱਲਾ ਦੀ ਜ਼ਾਤ ਨੇ ਦੇਣਾ, ਉਹਨੇ ਵਾਅਦਾ ਕੀਤਾ। ਅਤੇ ਜੇ ਕਹਿਣ ਕਹਿੰਦਾ ਕਿ ਅਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਕਰਕੇ ਪਿੱਛੇ ਕਰ ਰਹੇ ਹਾਂ, ਬੱਚਿਆਂ ਦੇ ਰੋਜ਼ੀ ਕਮਾ ਲੈਣਗੇ, ਅਤੇ ਮੇਰੇ ਵੱਲੋਂ ਇਜਾਜ਼ਤ ਆ ਹਜ਼ਾਰ ਵਾਰੀ ਜਾ ਕੇ ਰਿਕਾਰਡਿੰਗਾਂ ਕਰਕੇ ਕਿਸੇ ਦੀ ਘਰ ਦੀ ਬਰਬਾਦੀ ਲਾ ਕੇ ਉਹਨੂੰ ਬਰਬਾਦ ਕਰਕੇ, ਅਤੇ ਤੁਸੀਂ ਮੇਰੇ ਰੋਜ਼ੀ ਬੱਚਿਆਂ ਦੀ ਖੋਲ੍ਹ ਸਕਦੇ ਹੋ ਤਾਂ ਖੋਲ੍ਹੋ, ਮੇਰੇ ਵੱਲੋਂ ਇਜਾਜ਼ਤ ਆ, ਠੀਕ ਹੈ ਨਾ। ਅਤੇ ਜਿੱਦਣ ਮਾਲਕ ਦੀ ਜ਼ਾਤ ਆਈ ਖੋਣ 'ਤੇ, ਉੱਦਣ ਦੇਖਣਾ ਵੀ ਹੋ ਕੀ ਗਿਆ ਸਾਡੇ ਨਾਲ, ਠੀਕ ਹੈ ਨਾ। ਹਾਂਜੀ, ਅਤੇ ਠੀਕ ਆ ਜੀ, ਗੱਲਾਂ ਇੰਨੀਆਂ ਵਾ, ਦਿਲ ਦੇਖ ਦੇਖਦੇ ਜਦੋਂ ਗੱਲਾਂ ਹੁੰਦੀਆਂ, ਅਤੇ ਬਾਕੀ ਜਿਹੜੇ ਬਰਬਾਦੀਆਂ ਉਹ ਪੱਟਦੇ ਪਏ ਨੇ ਘਰਾਂ 'ਚ ਹੁੰਦੀਆਂ ਪਈਆਂ ਵਾ, ਉਹ ਵੀ ਇਨਸ਼ਾਅੱਲਾ ਮੈਂ ਬਹੁਤ ਜਲਦ ਵੀਡੀਓ ਦੇ ਅੱਗੇ ਲੈ ਕੇ ਆਵਾਂਗਾ ਵੀ ਕਿਸ ਤਰ੍ਹਾਂ ਇਹ ਘਰ ਦੇ ਵਿੱਚ ਇੱਕ ਨਵਾਂ ਡਰਾਮਾ ਚੱਲਣ ਡਿਆ, ਚੰਦ ਦਿਨਾਂ ਤੱਕ ਅੱਗੇ ਆ ਰਿਹਾ ਵਾ ਅਤੇ ਆਉਣ ਵਾਲਾ ਹੀ ਆ, ਅਤੇ ਉਹ ਵੀ ਮੈਂ ਇਨਸ਼ਾਅੱਲਾ ਭੈਣ ਭਾਈ ਨਾਲ ਸ਼ੇਅਰ ਕਰਾਂਗਾ। ਮੇਰਾ ਕੈਮਰਾ ਮੋਬਾਈਲ ਕੁਛ ਖਰਾਬ ਹੋਇਆ ਸੀ, ਇਸ ਵਾਰ ਮੈਂ 2-3 ਦਿਨ ਵੀਡੀਓ ਨਹੀਂ ਪਾ ਸਕਿਆ, ਅਤੇ ਉਹ ਵੀ ਇਨਸ਼ਾਅੱਲਾ ਛੇਤੀ ਪਾਵਾਂਗਾ। ਅਤੇ ਠੀਕ ਆ ਜੀ, ਇੱਕ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼। ਅੱਲਾ ਹਾਫਿਜ਼।